ਡਾਕਟਰ ਸਾਹਿਬ ਜਿੱਦਾਂ ਕਿ ਤੁਸੀਂ ਇਹਦੇ ਵਿੱਚ ਕੰਮ ਕੀਤਾ ਇਹਦੇ ਨਾਲ ਤੁਹਾਡੇ ਕੋਲ ਦੇਸ਼ਾਂ-ਵਿਦੇਸ਼ਾਂ ਤੋਂ ਕਾਫੀ ਆਏ ਹੋਣੇ ਨੇ ਕਈ ਕੰਟਰੀਆਂ ਵਿੱਚ ਕੰਮ ਵੀ ਕੀਤਾ ਤੁਸੀਂ ਫਿਰ ਇੰਡੀਆ ਦੇ ਦੀ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚੋਂ ਕਿਹੜਾ-ਘੜਾ ਆਇਆ ਇੰਡੀਆ ਦੇ ਵਿੱਚੋਂ ਤਾਂ ਮੇਰੇ ਕੋਲ ਹైదరాబాద్ ਤੋਂ ਗੁਰਗੋਂ ਤੋਂ ਲੁਧਿਆਣੇ ਤੋਂ ਮੈਂ ਕਿ ਪੰਜਾਬ ਪੂਰਾ ਸਮਝੋ ਤੇ ਯੂਪੀ ਤੋਂ ਬੈਂਗਲੌਰ ਤੋਂ ਇਹ ਇਹ ਲੋਕ ਮੇਰੇ ਕੋਲ ਉੱਥੇ ਬੈਂਕੋਕ ਜਾਂਦੇ ਟ੍ਰੀਟਮੈਂਟ ਕਰਾਉਣ ਵਾਸਤੇ ਹਾਂਜੀ ਹਾਂਜੀ ਤੇ ਉੱਥੇ ਆਪਣਾ ਵੈਲਨੈਸ ਸੈਂਟਰ ਹੈ ਤੇ ਉੱਥੇ ਆਪਣੇ ਕੋਲੇ ਸਾਰੀਆਂ ਆਧੁਨਿਕ ਮਸ਼ੀਨਾਂ ਨੇ ਤੇ ਜਿਹਦੇ ਨਾਲ ਆਪਾਂ ਉੱਥੇ ਇਲਾਜ ਕਰਦੇ ਆਂ ਔਰ ਲੋਕ ਆਪਣਾ ਜੀਵਨ ਸੁਖਾੜਾ ਬਣਾ ਕੇ ਉੱਥੇ ਆਉਂਦੇ ਨੇ ਔਰ ਇਸ ਤੋਂ ਇਲਾਵਾ ਮੈਂ ਕਹੂੰਗਾ ਕਿ 글로ਬਲੀ ਤੁਸੀਂ ਕੋਈ ਵੀ ਕੰਟਰੀ ਕਹੋ ਰਸ਼ੀਆ ਹੋ ਗਿਆ ਯੂਕੇ ਹੋ ਗਿਆ ਨੀਦਰਲੈਂਡ ਫਿਨਲੈਂਡ ਹਰ ਤਰਫ ਦੇ ਲੋਕ ਕਿਉਂਕਿ ਜਿਹੜਾ ਬੈਂਕੋਕ ਹੈ ਇੱਕ ਕੋਸਮੋਪੋਲੀਟਨ ਸਿਟੀ ਹੈ ਪੂਰੀ ਦੁਨੀਆ ਦੇ ਲੋਕ ਉੱਥੇ ਪਹੁੰਚਦੇ ਨੇ ਔਰ ਮੈਡੀਕਲ ਟੂਰਿਜ਼ਮ ਤੇ ਲੋਕ ਆਉਂਦੇ ਨੇ ਜਿਸ ਕਰਕੇ ਤੁਸੀਂ ਮੇਰੇ ਆਪਣੇ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਜੋ ਪਿਕਚਰ ਡਿਸਪਲੇ ਕੀਤਾ ਉਹ ਇਹ ਇੱਕ ਚਾਰਟ ਹੈ ਮੈਂ ਤੁਹਾਨੂੰ ਉਹ ਚਾਰਟ ਡਿਸਪਲੇ ਕਰ ਦਾਂਗਾ ਕਿਉਂਕਿ ਹਾਈਟ ਔਰ ਏਜ ਕਈ ਵਾਰ ਨਹੀਂ ਹੁੰਦਾ ਕਿ ਕਈ ਬੰਦੇ ਦੀ ਹਾਈਟ ਬਹੁਤ ਹੁੰਦੀ ਹੈ ਪਰ ਉਹ ਜਿਹਦੇ ਮਸਕুলਰ ਉਹਨਾਂ ਦਾ weight ਹੁੰਦਾ ਐਕਸਰਸਾਈਜ਼ ਕਰਦੇ ਨੇ ਤਾਂ ਉਹਨਾਂ ਨੇ ਆਪਣਾ weight ਆਪਣੇ ਮਸਲ ਦੇ ਉੱਤੇ ਡਿਵੈਲਪ ਕੀਤਾ ਹੁੰਦਾ ਤੇ ਜੇ ਆਪਾਂ ਚਾਰਟ ਦੇ ਹਿਸਾਬ ਨਾਲ ਚੱਲੀਏ ਤਾਂ ਮਤਲਬ ਤੁਹਾਡੀ ਹਾਈਟ ਹੈ ਔਰ ਤੁਸੀਂ ਉਸ ਹਿਸਾਬ ਨਾਲ ਤੇ ਕਈ ਵਾਰ ਤੁਸੀਂ ਬੜੇ ਸਕਿਨੀ ਨਜ਼ਰ ਆਓਗੇ ਤਾਂ ਇਹ ਕਿ ਵੀ ਮਕੇ ਤੁਸੀਂ ਬਿਲਕੁਲ ਸਬ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾ ਸੁਖ ਨਿਰੋਗੀ ਕਾਇਆ ਅਗਰ ਤੁਹਾਡਾ ਸੇ ਠੀਕ ਹੈ ਤੁਸੀਂ ਆਪਣੀ ਰੂਟੀਨ ਸਾਰਾ ਸਹੀ ਕਰ ਸਸਤੀ ਘਾਉ ਦਾ ਨਮਸਕਾਰ ਤੁਹਾਨੂੰ ਦੇ ਕਰੰਟੀ ਵੀ ਪੰਜਾਬ ਮੇ ਬੂਟਾ ਸੰਗ ਲੱਤੜ ਅੱਜ ਤੁਹਾਨੂੰ ਮਲਾਵਾਂਗੇ ਨਵਕਰਨ ਚਮਕੀ ਕਲੀਨਿੰਗ ਦੇ ਵਿੱਚ ਪਹੁੰਚ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਜੀ ਮੌਜੂਦ ਨੇ ਡਾਕਟਰ ਕਮਲਜੀਤ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਸਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਸਤੀ ਕਾਲ ਜੀ ਸਭ ਤੋਂ ਪਹਿਲੇ ਤੇ ਮੈਂ ਕ੍ਰੰਟ ਟੀਵੀ ਪੰਜਾਬ ਚੈਨਲ ਦਾ ਔਰ ਇਹਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਦਰਸ਼ਕਾਂ ਦੀ ਸੇਣ ਨੂੰ ਮੱਧਿਆਨਜ਼ਰ ਰੱਖਦੇ ਹੋਏ ਮੇਰੇ ਕੋਲ ਆਇਓ ਤੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਆਇਓ ਆਪ ਜੀ ਨੂੰ ਜਿ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਸਭਜੀ ਇਹਦੇ ਵਿੱਚ ਕਿਦਾਂ ਇਲਾਜ ਕਰਦੇ ਹੋ ਜਿਹੜਾ ਚਮਕੀ ਕਲੀਨਿਕ ਹੈ ਪਹਿਲਾਂ ਤਾਂ ਇਹ ਪੁੱਛੂੰਗਾ ਵੀ ਅੱਜ ਕੱਲ ਕਲੀਨਿਕ ਦਾ ਨਾਮ ਤਾਂ ਬਹੁਤ ਵੇਲੇ ਸੁਣਿਆ ਚਮਕੀ ਕਲੀਨਿਕ ਦਾ ਕੀ ਕੰਮ ਹੈ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ ਤੁਸੀਂ ਐਕਚੁਅਲੀ ਕੀ ਹੈ ਕਿ ਸਾਡਾ ਪੂਰਾ ਸਰੀਰ ਖੂਨ ਦੇ ਦੌਰੇ ਤੇ ਚੱਲਦਾ ਹੈ ਹਰ ਇੱਕ ਦੇ ਸਰੀਰ ਦੇ ਵਿੱਚ 4 ਤੋਂ 5 ਗ੍ਰਾਮ ਗ੍ਰਾਮ ਤੱਕ ਲੋਹੇ ਦੀ ਮਾਤਰਾ ਹੁੰਦੀ ਹੈ ਖੂਨ ਦੇ ਵਿੱਚ ਉਸ ਲੋਹੇ ਦਾ ਕੰਮ ਹੈ ਆਕਸੀਜਨ ਨੂੰ ਸਾਡੇ ਫੇਫੜਿਆਂ ਤੋਂ ਪੂਰੀ ਬੋਡੀ ਤੱਕ ਲੈ ਕੇ ਜਾਣ ਦਾ ਅਗਰ ਦੇਖਿਆ ਜਾਵੇ ਤਾਂ ਅਥਰਬੇ ਦੇ ਵਿੱਚ ਇਸ ਚੁੰਮਕੀ ਪ੍ਰਣਾਲੀ ਦਾ ਜ਼ਿਕਰ ਮਿਲਦਾ ਹੈ ਉਸ ਸਮੇਂ ਜੋ ਆਪਣੇ ਲੜਾਈ ਕਰਦੇ ਸੀ ਆਪਣੇ ਫੌਜੀ ਉਹਨਾਂ ਨੂੰ ਕੋਈ ਸੱਟ ਪੇਟ ਲੱਗ ਜਾਂਦੀ ਸੀ ਉਹ ਚੱਕ ਕੇ ਮਿੱਟੀ ਆਪਣੇ ਲਾ ਲੈਂਦੇ ਸੀ ਜ਼ਖਮ ਦੇ ਉੱਤੇ ਤੇ ਉਹਨਾਂ ਦਾ ਖੂਨ ਬੰਦ ਹੋ ਜਾਂਦਾ ਸੀ ਤੇ ਇਸ ਤਿਕ ਨਾਲ ਇਹਦਾ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਜਦੋਂ ਅਸੀਂ ਇੱਥੇ ਹੁਣ ਸਮੇਂ ਦੇ ਸਮੇਂ ਨਾਲ ਆਪਾਂ ਬਦਲ ਰਹੇ ਆ ਤਾਂ ਹੁਣ ਕੀ ਹੋਇਆ ਕਿ ਅਸੀਂ ਲੇਟੈਸਟ ਜੋ ਟੈਕਨੋਲੋਜੀ ਹੈ ਸਾਰੀਆਂ ਆਧੁਨਿਕ ਮਸ਼ੀਨਾਂ ਦੇ ਨਾਲ ਇਲਾਜ ਕਰਦੇ ਆ ਜਿਹਦੇ ਨਾਲ ਕਿਸੇ ਨੂੰ ਮਾਈਗਰੇਨ ਡਿਪਰੈਸ਼ਨ ਇਨਸੋਮਨੀਆ ਬੈਕ ਪੇਨ ਸਰਵਾਈਕਲ ਜੋੜਾਂ ਦਾ ਦਰਦ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੈ ਐ ਇਤਕ ਕਿ ਕਿਹਾ ਗਿਆ ਹੈ ਕਿ ਜੋ ਨਾਰਥ ਪੋਲ ਹੈ ਮੈਗਨੇਟ ਦਾ ਉਹਦੀ ਹਾਜ਼ਰੀ ਦੇ ਵਿੱਚ ਕੈਂਸਰ ਤੱਕ ਵੀ ਨਹੀਂ ਟਿਕਦਾ ਜੀ ਕਿੰਨੇ ਚਿਰ ਦਾ ਤਿਆਰ ਹੋ ਗਿਆ ਪਹਿਲਾਂ ਬਾਹਰ ਵੀ ਸਿੱਖਿਆ ਕਿ ਉਰੀ ਆਪਣੇ ਇੰਡੀਆ ਚ ਸਿੱਖਿਆ ਜੀ ਨਹੀਂ ਜੀ ਮੈਂ ਇਹਦੀ ਜਿਹੜੀ ਡਿਗਰੀ ਕੀਤੀ ਸੀ ਮੈਂ ਯੂ ਐਸ اے ਤੋਂ ਕੀਤੀ ਸੀ ਹਾਂਜੀ ਤੇ ਉਸ ਤੋਂ ਬਾਅਦ ਮੈਂ 9 ਅਗਸਤ 1995 ਤੋਂ ਇਹ ਪ੍ਰੈਕਟਿਸ ਕਰ ਰਿਹਾ ਹਾਂ ਪਹਿਲੇ ਮੈਂ ਖੰਨੇ ਪ੍ਰੈਕਟਿਸ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਫਿਰ ਮੈਂ ਓਮਾਨ ਚਲੇ ਗਿਆ ਸੀ ਸੁਲਤਾਨਾ ਆਫ ਓਮਾਨ ਦੇ ਨਾਲ ਅਜੇ ਚੀਫ ਕਾਉਨਸਲਟੈਂਟ ਮੈਂ ਉਹਨਾਂ ਦਾ ਮੁਖ ਸਲਾਹਕਾਰ ਸੀ ਉੱਥੇ ਮੈਂ 2 ਸਾਲ ਰਿਹਾ ਤੇ ਉਸ ਤੋਂ ਬਾਅਦ ਮੈਨੂੰ ਆਪਣੇ ਪੀਸੀਏ ਜੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਹੈ ਉਹਨਾਂ ਦੀ ਕਾਲ ਗਈ ਕਿ 73 ਸਾਲ ਹੋ ਗਏ ਨੇ ਪੰਜਾਬ ਦੀ ਟੀਮ ਨੂੰ ਸਿਰਫ ਇੱਕ ਵਾਰ ਜਿੱਤੀ ਹੈ ਰਾਂਜੀ ਟਰਾਫੀ ਤੇ ਉਹਨਾਂ ਨੇ ਉਸ ਸਮੇਂ ਮਿਸਟਰ ਇੰਤਖਾਬ ਆਲਮ ਪਾਕਿਸਤਾਨ ਤੋਂ ਉਹਨਾਂ ਨੂੰ ਐਜ਼ ਅ ਕੋਚ ਔਰ ਮੈਨੂੰ ਐਜ਼ ਅ ਫੀਜ਼ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਮੈਂ ਟੀਮ ਦੇ ਨਾਲ ਰਹਾ ਔਰ ਮੈਨੂੰ ਮੌਕਾ ਮਿਲਿਆ ਆਪਣੇ ਜੋ ਇੰਡੀਅਨ ਟੀਮ ਦੇ ਪਲੇਅਰਜ਼ ਨੂੰ ਵੀ ਆਪਣੀ ਸੇਵਾਵਾਂ ਦੇਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ ਫਿਰ ਮੈਂ ਵਾਪਸ ਜਿਨਾ ਸਿੰਗਾਪੁਰ ਮਲੇਸ਼ੀਆ ਦੁਬਈ ਓਮਾਨ ਤੇ ਪਿਛਲੇ 16 ਸਾਲ ਤੋਂ ਲਗਾਤਾਰ ਮੇਰਾ ਆਪਣਾ ਵੈਲਨੈਸ ਸੈਂਟਰ ਬੈਂਕਾਕ ਦੇ ਵਿੱਚ ਜਿੱਥੇ ਕਿ ਪੂਰੀ ਦੁਨੀਆ ਤੋਂ ਲੋਕ ਇਲਾਜ ਕਰਵਾਉਣ ਵਾਸਤੇ इवन ਇੰਡੀਆ ਤੋਂ ਲੋਕ ਉੱਥੇ ਫਲਾਈ ਕਰਕੇ ਆਉਂਦੇ ਨੇ ਹਾਂਜੀ ਹੁਣ ਵੀ ਕਿਦਾਂ ਚੱਲਦੇ ਹੁਣ ਵੀ ਪਿੱਛੇ ਕੋਈ ਟੀਮ ਚੱਲਦੀ ਆ ਆਪਣੀ ਹਾਂਜੀ ਉੱਥੇ ਮੇਰਾ ਚੱਲ ਰਿਹਾ ਜੀ ਸੈਂਟਰ ਹੈ ਤੇ ਮੈਂ ਉਹਨਾਂ ਨੂੰ ਕਾਉਂਸਲਿੰਗ ਕਰਦਾ ਰਹਿਣਾ ਮੇਰੇ ਪੇਸ਼ੈਂਟ ਰੈਗੂਲਰ ਆ ਰਹੇ ਨੇ इवन ਹੁਣ ਕਈ ਪੇਸ਼ੈਂਟ ਜੋ ਇੰਡੀਆ ਤੋਂ ਜਿਵੇਂ ਹਾਈਦਰਾਬਾਦ ਤੋਂ ਜਾਂ ਗੁਰਗੋਂ ਤੋਂ ਬੈਂਕਾਕ ਜਾਂਦੇ ਸੀ ਉਹਨਾਂ ਨੂੰ ਬੜੀ ਸੁਵਿਧਾ ਹੋ ਗਈ ਤੇ ਉਹਨਾਂ ਨੇ ਇੱਥੇ ਆਣਾ ਸ਼ੁਰੂ ਕੀਤਾ ਹਾਂਜੀ ਉਰੀ ਹੁਣ ਕਿੰਨਾ ਕੁ ਆਪਣੇ ਜਿਵੇਂ ਦੇਸ਼ਾਂ ਪੇਸ਼ੀਨ ਦੇ ਬੜਾ ਤੁਸੀਂ ਆਪਣਾ ਨਾਮ ਚਲਾਇਆ ਆਪਣਾ ਉ ਇੱਥੇ ਐਕਚੁਅਲੀ ਕੋਈ ਔਖੀ ਗੱਲ ਨਹੀਂ ਸੀ ਮੈਂ ਇੱਥੋਂ ਦਾ ਜੰਪਲ ਹਾਂ ਮੇਰੇ ਮੇਰੇ ਮਿਸਿਸ ਸ਼੍ਰੀਮਤੀ ਬਲਵਿੰਦਰ ਕੌਰ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪ੍ਰੀਤ ਕਹਿੰਦੇ ਆ ਮੇਰੇ ਪ੍ਰੋਫੈਸਰ ਸਾਹਿਬ ਸੁਖਦੇਵ ਸਿੰਘ ਜੀ ਤੇ ਮੇਰੇ ਬਹੁਤ ਹੀ ਅੱਛੇ ਦੋਸਤ ਮੇਰੇ ਭਰਾ ਦੀ ਤਰ੍ਹਾਂ ਰਵੀਸ਼ ਗੁਪਤਾ ਜੀ ਇਹਨਾਂ ਨੇ ਮੈਨੂੰ ਬਾਰ-ਬਾਰ ਸੁਜੈਸਟ ਕੀਤਾ ਮੈਨੂੰ ਕਿਹਾ ਕਿ ਤੁਸੀਂ ਆਪਣੇ ਲੋਕਾਂ ਦੀਆਂ ਅਸੀਸਾਂ ਲੈ ਕੇ ਇਹ ਨਾਮ ਕਮਾਇਆ ਕਿਉਂ ਨਾ ਤੁਸੀਂ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੋ ਤੁਹਾਡੀਆਂ ਸੇਵਾਵਾਂ ਦੀ ਉਹਨਾਂ ਨੂੰ ਲੋੜ ਹੈ ਤੇ ਮੈਂ ਉਹਨਾਂ ਦੀ ਗੱਲ ਨੂੰ ਫੁੱਲ ਛੋੜਾਦੇ ਹੋਏ ਤੇ ਮੈਂ ਇੱਥੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਔਰ ਮੈਂ ਸਤਿਗੁਰੂ ਦਾ ਬਹੁਤ ਸ਼ੁਕਰ ਕਰਦਾ ਹਾਂ ਕਿ ਮੈਨੂੰ ਉਸੇ ਹੀ ਪਿਆਰ ਮਿਲਦਾ ਸਾਰਿਆਂ ਦਾ ਕਿਉਂਕਿ ਮੇਰਾ ਇੱਕੋ ਹੀ ਬਾਬਾ ਜੀ ਅਰਦਾਸ ਹੁੰਦੀ ਹੈ ਕਿ ਜੋ ਜੀ ਆਵੇ ਸੁਰਾਜ ਹੀ ਜਾਵੇ ਸੋ ਪੇਸ਼ੈਂਟ ਆਉਂਦੇ ਨੇ ਜਦੋਂ ਉਹ ਠੀਕ ਹੁੰਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਆਂਦੀ ਹੈ ਤੇ ਮੈਨੂੰ ਖੁਦ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੱਜਕੱਲ੍ਹ ਜਦੱਕ ਬਿਮਾਰੀਆਂ ਤਾਂ ਬਹੁਤ ਵਾਧੀਆਂ ਨੇ ਖਾਣ ਪੀਣੇ ਅੱਜਕੱਲ੍ਹ ਆਪਣਾ ਠੀਕ ਨਹੀਂ ਹੈਗਾ ਪਾਣੀ ਵੀ ਗੰਧਲਾ ਹੋ ਗਿਆ ਹਵਾ ਵੀ ਗੰਧਲੀ ਹੋ ਗਈ ਆ ਜੀ ਦੇਖੋ ਜੀ ਸਾਡਾ ਸਰੀਰ ਕਦੀ ਬਿਮਾਰ ਨਹੀਂ ਹੁੰਦਾ ਸਾਨੂੰ ਬਿਮਾਰ ਕਰਨ ਵਾਸਤੇ ਤਿੰਨ ਟੀ ਦਾ ਮੇਨ ਰੋਲ ਹੈ ਪਹਿਲੀ ਟੀ ਹੈ ਟਾਈਮ ਅੱਜਕੱਲ੍ਹ ਦੇਖਿਆ ਤੁਸੀਂ ਬੱਚੇ देर तक ਜਾਗਦੇ ਰਹਿੰਦੇ ਨੇ ਮੋਬਾਈਲ ਤੇ ਲੱਗੇ ਰਹਿੰਦੇ ਨੇ ਔਰ ਦੇਰ ਫਿਰ ਦਸਵਰੇ ਦੇਰ ਨਾਲ ਉੱਠਦੇ ਨੇ ਅਗਰ ਤੁਸੀਂ ਲੌਜੀਕ ਤਰੀਕੇ ਨਾਲ ਦੇਖੋ 9 ਤੋਂ ਲੈ ਕੇ 11 ਵਜੇ ਤੱਕ ਸਾਡਾ ਲਿਵਰ ਡੀਟੌਕਸ ਕਰਦਾ ਹੈ ਉਸ ਸਮੇਂ ਸਾਨੂੰ ਬੈੱਡ ਤੇ ਹੋਣਾ ਚਾਹੀਏ ਕੋਈ ਅਚੀ ਪੋਜ਼ਿਟਿਵ ਥੌਟਸ ਵਾਲੀ ਕਿਤਾਬ ਪੜ੍ਹਦੇ ਹੋਈਏ ਕੋਈ ਲਾਈਟ ਮਿਊਜ਼ਿਕ ਸੁਣਦੇ ਹੋਈਏ ਅਗਰ ਉਸ ਸਮੇਂ ਤੁਸੀਂ ਕੋਈ ਹਾਰਰ ਸ਼ੋਅ ਦੇਖਦੇ ਹੋ ਕੋਈ ਲੜਾਈ ਝਗੜੇ ਵਾਲਾ ਸ਼ੋਅ ਦੇਖਦੇ ਹੋ ਜਾਂ ਤੁਸੀਂ ਕੋਈ ਬੈਸੀ ਸਰਫਿੰਗ ਕਰ ਰਹੇ ਹੋ ਆਪਣੇ ਮੋਬਾਈਲ ਦੇ ਉੱਤੇ ਤਾਂ ਉਹ ਡੀਟੌਕਸ ਪ੍ਰੋਸੈਸ ਤੇ ਤੁਹਾਡੇ ਇਫੈਕਟ ਕਰੇਗੀ 11 ਤੋਂ ਲੈ ਕੇ 1 ਵਜੇ ਦੇ ਵਿੱਚ ਤੁਹਾਡੀ ਕੋਲਨ ਡੀਟੌਕਸ ਕਰਦੀ ਹੈ ਤੁਹਾਨੂੰ ਗੂੜੀ ਨੀਂਦ ਸੌਣਾ ਚਾਹੀਦਾ ਪਰ ਅਗਰ ਉਸ ਸਮੇਂ ਜਾਗ ਰਹੇ ਹੋ ਤਾਂ ਉਹ ਪ੍ਰੋਸੈਸ ਨਹੀਂ ਹੋ ਪਾਣੀ 1 ਤੋਂ ਲੈ ਕੇ 3 ਦੇ ਵਿੱਚ ਤੁਹਾਡਾ ਪਿੱਤਾ ਡੀਟੌਕਸ ਕਰਦਾ ਤਾਂ ਤੁਹਾਨੂੰ ਗੂੜੀ ਨੀਂਦ ਸੌਣਾ ਚਾਹੀਦਾ 3 ਤੋਂ 5 ਦੇ ਵਿੱਚ ਤੁਹਾਡੇ ਫ ਤੇ ਜਦੋਂ ਤੁਸੀਂ ਗੂੜੀ ਨੀਂਦ 'ਚ ਨਹੀਂ ਹੈ ਤਾਂ ਉਹ ਉਹਦੀ ਪ੍ਰੋਸੈਸ ਪੂਰੀ ਨਹੀਂ ਹੋਏਗੀ 5 ਤੋਂ 7 ਦੇ ਵਿੱਚ ਤੁਹਾਡਾ ਪੇਟ ਨੇਚਰਲੀ ਸਾਫ਼ ਹੋਣਾ ਚਾਹੀਦਾ ਹੈ ਔਰ 7 ਤੋਂ 9:30 ਦੇ ਵਿੱਚ ਤੁਸੀਂ ਬ੍ਰੇਕਫਾਸਟ ਕਰ ਲਓ ਤਾਂ ਹਮੇਸ਼ਾ ਹੈਲਦੀ ਰਹੋਗੇ ਤਾਂ ਇਹ ਜਿਹੜਾ ਟਾਈਮਿੰਗ ਹੈ ਇਹ ਬਹੁਤ ਸਾਡੇ ਉਤੇ ਮਕੇ ਉਹਦਾ ਭੜੇ ਪ੍ਰਭਾਵ ਪੈ ਰਹੇ ਨੇ ਜਦੋਂ ਅਸੀਂ ਉਹਦਾ ਸਦਬయోగ ਨਹੀਂ ਕਰਦੇ ਦੂਸਰਾ ਹੈ ਟੌਕਸਿਸਿਟੀ ਜਿਹਨੂੰ ਆਪਾਂ ਕਹਿੰਦੇ ਨੇ ਪ੍ਰਦੂਸ਼ਣ ਸਾਨੂੰ ਹਰ ਪਾਸੋਂ ਪ੍ਰਦੂਸ਼ਣ ਦੀ ਮਾਰ ਪੈ ਰਹੀ ਹੈ ਪੈਸਿਸਾਈਡਸ ਸਮੋਗ ਪਾਰਟਿਕਲਸ ਡਸਟ ਪਾਰਟਿਕਲਸ ਤੀਜਾ ਹੈ ਟੈਂਸ਼ਨ ਜਾਂ ਉਹਨੂੰ ਅਸੀਂ ਕਹਿੰਦੇ ਆ ਪ੍ਰੋਸੈਸ ਆਫ 네ਗੇਟਿਵ ਥੌਟਸ ਕੁਝ ਲੋਗਾਂ ਨੂੰ ਟੈਂਸ਼ਨ ਕੋਈ ਨਹੀਂ ਪਰ ਦਿਮਾਗ ਚ 네ਗੇਟਿਵ ਖਿਆਲ ਕੁਮਈ ਜਾਂਦੇ ਨੇ ਉਹਦੇ ਨਾਲ ਉਸ ਦਾ ਇਫੈਕਟ ਸਾਡੇ ਕਾਰਡੀਓ ਸਿਸਟਮ ਡਾਈਜੈਸਟਿਵ ਸਿਸਟਮ ਔਰ ਨਰਵਸ ਸਿਸਟਮ ਦੇ ਉੱਤੇ ਪੈਂਦਾ ਸੋ ਇਹ ਮੁੱਖ ਕਾਰਨ ਹੈ ਤੇ ਦੂਜਾ ਫਿਰ ਜਦੋਂ ਹੁਣ ਮੈਂ ਕਈ ਹਮੇਸ਼ਾ ਕਹਣਾ ਹੁੰਦਾ ਕਿ ਦੁਨੀਆ ਦੇ ਵਿੱਚ ਸਭ ਤੋਂ ਹੈਲਦੀ ਸਭ ਤੋਂ ਤੰਦਰੁਸਤ ਔਰ ਲੰਬੀ ਉਮਰ ਵਾਲੇ ਲੋਕ ਉਹ ਕੀਨਾਵਾ ਸ਼ਹਿਰ ਦੇ ਨੇ ਜੋ ਕਿ ਜਪਾਨ ਦਾ ਸ਼ਹਿਰ ਹੈ ਉਹ ਲੋਕ ਕਿ 80 20 80 20 ਦੀ ਰੇਸ਼ੋ ਯੂਜ਼ ਕਰਦੇ ਨੇ ਉਹਨਾਂ ਦੀ ਪਲੇਟ 'ਚ ਜੋ ਖਾਣਾ ਆਂਦਾ ਹੈ ਉਹ 20% ਸੁੱਚਾ ਖਾਣਾ ਵਾਪਸ ਮੋੜ ਦਿੰਦੇ ਨੇ ਔਰ ਅਸੀਂ ਕੀ ਕਰਦੇ ਹਾਂ ਕਿ ਸਾਡਾ ਪੇਟ ਭਰ ਜਾਂਦਾ ਹੈ ਪਰ ਸਾਡੀ ਨੀਅਤ ਨਹੀਂ ਭਰਦੀ ਸਾਡਾ ਦਿਲ ਨਹੀਂ ਭਰਦਾ ਸਾਡੀਆਂ ਅੱਖਾਂ ਨਹੀਂ ਭਰਦੀ ਅਸੀਂ ਖਾਈ ਜਾਂਦੇ ਹਾਂ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਬਹੁਤਾ ਖਾਣਾ ਖੁਸ਼ੀ ਖੁਆਰ ਜਿੱਤ ਖਾਦਿਆਂ ਤਨ ਪੀੜੀਏ ਮਨ ਵਿੱਚ ਚਲੇ ਬਿਗਾ ਮਤਲਬ ਕਿ ਬਹੁਤ ਕੱਟ ਲੋਕ ਹੋਣਗੇ ਜਿਹੜੇ ਭੁੱਖ ਦੇ ਕਾਰਨ ਬਿਮਾਰ ਹੋ ਰਹੇ ਹੋਣਗੇ ਜ਼ਿਆਦਾਤਰ ਲੋਕ ਜ਼ਿਆਦਾ ਖਾਣ ਨਾਲ ਹੀ ਬਿਮਾਰ ਹੋ ਰਹੇ ਦੀ ਬੇਸੋ ਤੇ ਪੰਜਾਬੀਆਂ ਨੂੰ ਤੇ ਕਬਹਨਾ ਹੀ ਚਾਹੀਦਾ ਉਹ ਵੀ ਪਾਲਟੀ ਕਰ ਲੋ ਪੰਜਾਬੀ ਖਾਣ ਪੀਣ ਦੇ ਸ਼ਕੀਨ ਹੁੰਦੇ ਨੇ ਜੀ ਪਰ ਮੈਂ ਇੱਕ ਗੱਲ ਬਹਾਰ ਹੈ ਕਿ ਸਿੱਖਿਆ ਕਿ ਤੁਸੀਂ ਅਗਰ ਖਾਣਾ ਖਾਣੇ ਦਾ ਇੰਜੋਏ ਕਰਨਾ ਅੱਖਾਂ ਨਾਲ ਖਾਣਾ ਖਾਓ ਉਹਨੂੰ ਉਹਦੀ ਮਹਿਕ ਦੇਖੋ ਉਹਨੂੰ ਮਹਿਕ ਦੇਖ ਕੇ ਆਪਣੇ ਆਪ ਨੂੰ ਤ੍ਰਿਪਤ ਕਰੋ ਜੇ ਤੁਸੀਂ ਲੈਣਾ ਵੀ ਆ ਥੋੜਾ ਬਹੁਤ ਕਿ ਤੁਸੀਂ ਲਓ ਆਪਣੇ ਟੇਸਟ ਬੱਡ ਨੂੰ ਖੁਸ਼ ਕਰਨ ਵਾਸਤੇ ਕਿਉਂਕਿ 2 ਇੰਚ ਦੀ ਜੀ ਪਿੱਛੇ ਅਸੀਂ ਆਪਣਾ 6.5 ਫੁੱਟ ਦਾ 5.5 ਫੁੱਟ ਦਾ 6 ਫੁੱਟ ਦਾ ਸਟਰੀਟ ਖਰਾਬ ਨਾ ਕਰੀਏ ਕ੍ਰੀਜ਼ ਆਫ ਜਿੱਦ ਤੱਕ ਤੁਸੀਂ ਇਹਦੇ ਵਿੱਚ ਕੰਮ ਕੀਤਾ ਇਹਦੇ ਨਾਲ ਤੁਹਾਡੇ ਕੋਲ ਦੇਸ਼ਾਂ-ਪ੍ਰਦੇਸ਼ਾਂ ਤੋਂ ਕਾਫੀ ਆਏ ਹੋਣੇ ਨੇ ਕਈ ਕੰਟਰੀਆਂ ਵਿੱਚ ਕੰਮ ਵੀ ਕੀਤਾ ਤੁਸੀਂ ਫਿਰ ਇੰਡੀਆ ਦੇ ਦੀ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚੋਂ ਕਿਹੜਾ-ਘੜਾ ਆਇਆ ਇੰਡੀਆ ਦੇ ਵਿੱਚੋਂ ਤਾਂ ਮੇਰੇ ਕੋਲ ਹైదరాబాద్ ਤੋਂ ਗੁਰਗੋਂ ਤੋਂ ਲੁਧਿਆਣੇ ਤੋਂ ਮੈਂ ਕਿ ਪੰਜਾਬ ਪੂਰਾ ਸਮਝੋ ਤੇ ਯੂਪੀ ਤੋਂ ਬੰਗਲੌਰ ਤੋਂ ਇਹ ਇਹ ਲੋਕ ਮੇਰੇ ਕੋਲ ਉੱਥੇ ਬੈਂਕਾਕ ਜਾਂਦੇ ਟ੍ਰੀਟਮੈਂਟ ਕਰਾਉਣ ਵਾਸਤੇ ਹਾਂਜੀ ਹਾਂਜੀ ਤੇ ਉੱਥੇ ਆਪਣਾ ਵੈਲਨੈਸ ਸੈਂਟਰ ਹੈ ਤੇ ਉੱਥੇ ਆਪਣੇ ਕੋਲੇ ਸਾਰੀਆਂ ਆਧੁਨਿਕ ਮਸ਼ੀਨਾਂ ਨੇ ਤੇ ਜਿਹਦੇ ਨਾਲ ਆਪਾਂ ਉਥੇ ਇਲਾਜ ਕਰਦੇ ਆਂ ਔਰ ਲੋਕ ਆਪਣੇ ਜੀਵਨ ਸੁਖਾੜਾ ਬਣਾ ਕੇ ਉਥੇ ਆਉਂਦੇ ਨੇ ਔਰ ਇਸ ਤੋਂ ਇਲਾਵਾ ਮੈਂ ਕਹੂੰਗਾ ਕਿ 글로ਬਲੀ ਤੁਸੀਂ ਕੋਈ ਵੀ ਕੰਟਰੀ ਕਹੋ ਰਸ਼ੀਆ ਹੋ ਗਿਆ ਯੂਕੇ ਹੋ ਗਿਆ ਨੀਦਰਲੈਂਡ ਫਿਨਲੈਂਡ ਹਰ ਤਰਫ ਦੇ ਲੋਕ ਕਿਉਂਕਿ ਜਿਹੜਾ ਬੈਂਕੋਕ ਹੈ ਇੱਕ ਕੋਸਮੋਪੋਲੀਟਨ ਸਿਟੀ ਹੈ ਪੂਰੀ ਦੁਨੀਆ ਦੇ ਲੋਕ ਉਥੇ ਪਹੁੰਚਦੇ ਨੇ ਔਰ ਮੈਡੀਕਲ ਟੂਰਿਜ਼ਮ ਤੇ ਲੋਕ ਆਉਂਦੇ ਨੇ ਜਿਸ ਕਰਕੇ ਤੁਸੀਂ ਮੇਰੇ ਆਪਣੇ ਜਿਹੜੇ ਤੁਸੀਂ ਦੇਖ ਰਹੇ ਹੋ ਉਥੇ ਜੋ ਪਿਕਚਰਸ ਡਿਸਪਲੇ ਕੀਤੀ ਹੋਈਆਂ ਨੇ ਤਕਰੀਬਨ ਆਲਮੋਸਟ ਹਰ ਕੰਟਰੀ ਦੇ ਬੰਦੇ ਨੂੰ ਮੈਂ ਕਿਥੇ ਉੱਥੇ ਕਵਰ ਕੀਤਾ ਹੋਇਆ ਤੇ ਉਹਨਾਂ ਨੇ ਮਕੇ ਮੇਰੀਆਂ ਸਿਵਾਵਾਂ ਦਾ ਆਨੰਦ ਮਾਣਿਆ ਹੋਇਆ ਚਲੋ ਜੀ ਇਸ ਵਿੱਚ ਜਿੰਗਰ ਨੇ ਹਲਕਾ-ਬੁਲਕਾ ਸਰੀਰ ਨੂੰ ਫਿੱਟ ਕਰਨ ਵਾਸਤੇ ਜਿੰਗਰ ਅੱਜ ਕਾ ਬਿਮਾਰੀਆਂ ਬੜੀਆਂ ਵੱਧਦੀਆਂ ਨੇ ਕਿਤੇ ਕੋਡੇ ਖੜ ਗਏ ਕਿਸੇ ਦੇ ਅੱਜ ਕੱਲ੍ਹ ਤੁਹਾਨੂੰ ਪਤਾ ਬੁੜੀਆਂ ਨੇ 45 ਸਾਲ ਤੋਂ ਬਾਅਦ ਤੁਰ ਨਹੀਂ ਸਕਦੀਆਂ ਹੈਗੀਆਂ ਵੀ ਗੋਡਿਆਂ ਦਾ ਬੜਾ ਹੋਇਆ ਕਹਿੰਦੇ ਗੇ ਗਰੀਸ ਮੋਕ ਕੇ ਗਰੀਸ ਬਾਕੀ ਮੁੱਕ ਜਾਂਦਾ ਐਕਚੁਅਲੀ ਆਪਾਂ ਇੱਕ ਸਿੰਪਲ ਧਾਰਨਾ ਬਣਾਈ ਹੈ ਕਿ ਗਰੀਸ ਮੁੱਕ ਗਿਆ ਸਾਡੇ ਨਾਲ ਉਹਨੂੰ ਆਪਾਂ ਕਹਿੰਦੇ ਲੂਬ੍ਰੀਕੇਸ਼ਨ ਘਟ ਜਾਂਦੀ ਹੈ ਸਾਡੇ ਜੋਇੰਟਸ ਨੂੰ ਚਾਹੀਦੀ ਹੁੰਦੀ ਹੈ ਲੂਬ੍ਰੀਕੇਸ਼ਨ ਲੂਬ੍ਰੀਕੇਸ਼ਨ ਮੋਸਟਲੀ ਜੋ ਹੈ ਗਲੂਕੋਸ ਤੋਂ ਮੈਂਦੇ ਨਾਲ ਮਿਲਦੀ ਹੈ ਪਰ ਡਾਕਟਰਸ ਕੀ ਆ ਮੋਸਟਲੀ ਉਹਨਾਂ ਨੂੰ ਦੇਂਦ ਨੇ ਪੇਨਕਿਲਰਸ ਉਹਨਾਂ ਨੂੰ ਚਾਹੀਦੀ ਹੈ ਫਲੈਕਸੀਬਿਲਟੀ ਔਰ ਦੂਜਾ ਕਿ ਹਰਕਤ ਵਿੱਚ ਵਰਕਤ ਹੈ ਸਾਡਾ ਜਿਹੜਾ ਦੂਸਰਾ ਦਿਲ ਹੈ ਉਹ ਸਾਡੀਆਂ ਪਿੰਡੀਆਂ ਦੇ ਵਿੱਚ ਹੈ ਔਰ ਕੁਝ ਰੋਗੇ ਪੂਰੇ ਘੰਟੇ-ਘੰਟੇ ਬੈਠੇ ਰਹਿੰਦੇ ਨੇ ਤੁਰਦੇ ਨਹੀਂ ਮਕਿਓ ਇੱਕੋ ਪੋਜੀਸ਼ਨ 'ਚ ਬੈਠੇ ਰਹਿਣਾ ਉਹਦੇ ਨਾਲ ਖੂਨ ਦਾ ਸਰਕੂਲੇਸ਼ਨ ਪ੍ਰੋਪਰ ਮੂਵ ਨਹੀਂ ਹੁੰਦਾ ਜਿਸ ਕਰਕੇ ਪ੍ਰੋਬਲਮ ਆਂਦੀ ਹੈ ਤੁਸੀਂ ਸਟ੍ਰੈਚਿੰਗ ਕਰੋ ਯੋਗਾ ਅਸਨ ਕਰੋ ਥੋੜੀ ਵਾਕ ਕਰੋ ਮਕੇ ਰੈਗੂਲਰ ਐਕਸਰਸਾਈਜ਼ ਕਰਦੇ ਰਹੋ ਤਾਂ ਕਿ ਤੁਹਾਡਾ ਸਰਕੂਲੇਸ਼ਨ ਚੱਲਦਾ ਰਹੇ ਤਾਂ ਉਹ ਗ੍ਰੀਸ ਘਟਣ ਦਾ ਕੋਈ ਮੌਕਾ ਨਹੀਂ ਲੱਗੇਗਾ ਤੁਹਾਨੂੰ ਜੀ ਪਹਿਲੇ ਜਮਾਨੇ ਚ ਹੁੰਦੀ ਜਿਵੇਂ ਬੀਬੀਆਂ ਦੇ ਕਿ ਉਹ ਦੁੱਧ ਰੜਕਦੀਆਂ ਹੁੰਦੀਆਂ ਲੱਤਾਂ ਪੈਣ ਦਾ ਪੈਂਦੇ ਸੀ ਅੱਜ ਕੱਲ ਕੰਮ ਘਟ ਕੇ ਐਕਚੁਅਲੀ ਕੀ ਹੈ ਕਿ ਅਸੀਂ ਕੁਦਰਤ ਤੋਂ ਜਿੰਨਾ ਦੂਰ ਜਾ ਰਹੇ ਹਾਂ ਉਹਨਾਂ ਬਿਮਾਰੀ ਦੇ ਨੇੜੇ ਆ ਰਹੇ ਹਾਂ ਪਹਿਲੇ ਲੋਕ ਸੀ ਖੇਤਾਂ 'ਚ ਕੰਮ ਕਰਦੇ ਸੀ ਹਲ ਬਾਂਦੇ ਸੀ ਨੰਗੇ ਪੈਰ ਚੱਲਦੇ ਸੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਸੀ ਪਰ ਆਟੋਮੈਟਿਕਲੀ ਉਹਨਾਂ ਨੂੰ ਐਕੋ ਪ੍ਰੈਸ਼ਰ ਹੋ ਜਾਂਦਾ ਸੀ ਤੋ ਅੱਜ ਕੱਲ ਆਪਾਂ ਜਿੱਥੇ ਵੀ ਜਾਂਦੇ ਆ ਕਾਰਪਟ ਬਿਸ਼ੇ ਹੋਏ ਨੇ ਸ਼ੂਜ਼ ਪਾਈ ਰੱਖਦੇ ਆ ਗੱਡੀਆਂ 'ਚ ਘੁੰਮਦੇ ਆ ਏਸੀ ਲੱਗੇ ਹੋਏ ਨੇ ਨਾ ਤਾਂ ਪਸੀਨਾ ਕਿਸੇ ਨੂੰ ਆਉਂਦਾ ਔਰ ਸਾਰੇ ਲੋਕ ਅੰਦਰ ਬੈਠੇ ਰਹਿੰਦੇ ਨੇ ਵਿਟਾਮਿਨ D3 ਦੀ ਕਮੀ ਹੋ ਰਹੀ ਹੈ ਇਹੀ ਮੁੱਖ ਕਾਰਨ ਨੇ ਜਿਹੜੇ ਆਪਾਂ ਨੂੰ ਬਿਮਾਰ ਹੋਣ 'ਚ ਆਪਣਾ ਮੇਨ ਰੋਲ ਅਦਾ ਕਰਦੇ ਨੇ ਡਾਕਟਰ ਜਿੰਦਗੀ ਫਿੱਟ ਰਹਿਣ ਵਾਸਤੇ ਸਰੀਰ 'ਚ ਕਿੰਨਾ weight ਹੋਣਾ ਚਾਹੀਦਾ ਹਾਈਟ ਦੇ ਹਿਸਾਬ ਨਾਲ ਅ ਦੇਖੋ ਜੀ ਇਹਦਾ ਇੱਕ ਚਾਰਟ ਹੈ ਮੈਂ ਤੁਹਾਨੂੰ ਉਹ ਚਾਰਟ ਡਿਸਪਲੇ ਕਰ ਦਾਂਗਾ ਕਿਉਂਕਿ ਹਾਈਟ ਔਰ ਏਜ ਕਈ ਵਾਰੀ ਹੁੰਦਾ ਕਿ ਕਈ ਬੰਦੇ ਦੀ ਹਾਈਟ ਬਹੁਤ ਹੁੰਦੀ ਹੈ ਪਰ ਉਹ ਜਿਵੇਂ ਮਸਕুলਰ ਉਹਨਾਂ ਦਾ weight ਹੁੰਦਾ ਐ ਐਕਸਰਸਾਈਜ਼ ਕਰਦੇ ਨੇ ਤਾਂ ਉਹਨਾਂ ਨੇ ਆਪਣਾ weight ਆਪਣੇ ਮਸਲ ਦੇ ਉੱਤੇ ਡਿਵੈਲਪ ਕੀਤਾ ਹੁੰਦਾ ਹੈ ਤੇ ਜੇ ਆਪਾਂ ਚਾੜ ਦੇ ਹਿਸਾਬ ਨਾਲ ਚੱਲੀਏ ਤਾਂ ਮਤਲਬ ਤੁਹਾਡੀ ਹਾਈਟ ਹੈ ਔਰ ਤੁਸੀਂ ਉਸ ਹਿਸਾਬ ਨਾਲ ਤੇ ਕਈ ਵਾਰ ਤੁਸੀਂ ਬੜੇ ਸਕਿੰਨੀ ਨਜ਼ਰ ਆਓਗੇ ਤਾਂ ਇਹ ਕਿ ਵੀ ਮੈਂ ਕਿ ਤੁਸੀਂ ਬਿਲਕੁਲ ਸਬ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲਾ ਸੁਖ ਨਿਰੋਗੀ ਕਾਇਆ ਅਗਰ ਤੁਹਾਡਾ ਸੇ ਠੀਕ ਹੈ ਤੁਸੀਂ ਆਪਣੀ ਰੂਟੀਨ ਸਾਰਾ ਸਹੀ ਕਰਦੇ ਹੋ ਤੁਰਦੇ ਫਿਰਦੇ ਸਹੀ ਉਹ ਆਪਣੇ ਸਪਲੀਮੈਂਟ ਲੈਂਦੇ ਹੋ ਪਰ ਉਹਦੇ ਲਈ ਤਾਂ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਕਿ ਵੀ ਜੋ ਤੁਹਾਡੀ ਜਦੋਂ ਤੁਸੀਂ 50 ਸਾਲ ਤੋਂ ਉੱਪਰ ਹੋ ਜਾਂਦੇ ਹੋ ਜੋ ਤੁਹਾਡੀ ਇਨਕਮ ਹੈ ਉਹਦਾ 10% ਔਰ ਆਪਣੇ ਸਮੇਂ ਦਾ 20% ਆਪਣੇ ਸਰੀਰ ਵਾਸਤੇ ਕੱਢੋ 10% ਮੀਨਸ ਤੁਸੀਂ ਸਪਲੀਮੈਂਟ ਲਓ ਤੁਸੀਂ ਆਪਣਾ ਹੈਲਥ ਚੈੱਕਅਪ ਕਰਾਓ 20% ਮੀਨਸ ਤੁਸੀਂ ਐਕਸਰਸਾਈਜ਼ ਕਰੋ ਘੁੰਮੋ ਫਿਰੋ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ ਔਰ ਅੱਜਕਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਯੂਐਸਏ ਦੇ ਵਿੱਚ ਡਾਕਟਰਸ ਨੇ ਕੀ ਕੀਤਾ ਕਿ ਇੱਕ ਜੋ ਤੁਹਾਨੂੰ ਮੈਡੀਸਨ ਲਿਖਣੀ ਹੈ ਪ੍ਰੈਸਕ੍ਰਿਪਸ਼ਨ ਲਿਖਣੀ ਹੈ ਉਹਦੇ ਥੱਲੇ ਜਾ ਕੇ ਲਿਖ ਦੇਣੀ ਕਿ ਤੁਸੀਂ ਘਟੋ ਘਟ ਹਫਤੇ ਚ ਤਿੰਨ ਵਾਰੀ ਮੈਂ ਕਿ ਤਿੰਨ ਦਿਨ ਦੋ ਦੋ ਘੰਟੇ ਵਾਸਤੇ ਕੋਈ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਓ ਔਰ ਤੁਸੀਂ ਨਾਲ ਸਿਮਰਨ ਕਰੋ ਜਿਹਨੂੰ ਵੀ ਤੁਸੀਂ ਮੰਨਦੇ ਹੋ ਉਹਨੂੰ ਯਾਦ ਕਰੋ ਇਹ ਇਹਦੇ ਦੀ ਰਿਸਰਚ ਹੋਈ ਸੀ ਲਾ ਸਾਇੰਸ ਦੇ ਵਿੱਚ ਦੋ ਡਾਕਟਰਸ ਨੇ 4000 ਲੋਕਾਂ ਨੂੰ ਇਕੱਠੇ ਕੀਤਾ ਅਲੱਗ-ਅਲੱਗ ਉਮਰ ਦੇ ਅਲੱਗ-ਅਲੱਗ ਧਰਮ ਦੇ ਅਲੱਗ-ਅਲੱਗ ਨਸਲ ਦੇ ਉਹਨਾਂ ਨੂੰ ਉਹਨਾਂ ਨੇ ਮੈਂਡ ਮੈਪਿੰਗ ਕੀਤੀ ਉਹਨਾਂ ਦੇ ਐਮ ਆਰ ਆਈ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ 12 ਮਿੰਟ ਰੋਜ਼ ਜਿਸ ਧਰਮ ਨੂੰ ਮੰਨਦੇ ਹੋ ਉਹਨੂੰ ਯਾਦ ਕਰਨਾ ਹੈ ਉਹਦੀ ਮੈਡੀਟੇਸ਼ਨ ਕਰਨੀ ਹੈ ਉਹਦਾ ਸਿਮਰਨ ਕਰਨਾ ਹੈ 8 ਹਫ਼ਤੇ 8 ਹਫ਼ਤੇ ਬਾਅਦ ਜਦੋਂ ਉਹਨਾਂ ਨੂੰ ਵਾਪਸ ਬੁਲਾਇਆ ਤਾਂ ਉਹ ਦੇਖਿਆ ਗਿਆ ਕਿ ਉਹਨਾਂ ਦੀ ਜਿਹੜੀ ਮਤਲਬ ਕਿ ਵਿਲ ਪਾਵਰ ਸੀ ਬੱਚੇ ਪਹਿਲਾ ਗਰੁੱਪ ਸੀ 4 ਸਾਲ ਤੋਂ ਲੈ ਕੇ 14 ਸਾਲ ਉਹਨਾਂ ਬੱਚਿਆਂ ਦੀ ਜੋ ਯਾਦ ਸ਼ਕਤੀ ਸੀ ਉਹ 9 ਤੋਂ ਲੈ ਕੇ 13% ਵੱਧ ਗਈ ਸੀ ਤੇ ਜਿਹੜੇ ਮਤਲਬ ਕਿ 14 ਤੋਂ ਲੈ ਕੇ 22 ਸਾਲ ਸੀ ਉਹਨਾਂ ਦਾ ਮਤਲਬ ਕਿ ਕੌਨਫੀਡੈਂਸ ਔਰ ਬਿਲ ਪਾਵਰ ਵੱਧ ਗਈ ਸੀ ਤੇ ਜਿਹੜੇ ਸੀ 22 ਤੋਂ ਲੈ ਕੇ 60 ਸਾਲ ਉਹਨਾਂ ਦੀ ਸ਼ੌਕ ਅਬਜ਼ੋਰਬ ਕਰਨ ਦੀ ਸ਼ਕਤੀ ਵੱਧ ਗਈ ਸੀ ਔਰ ਜਿਹੜੇ 60 ਤੋਂ ਲੈ ਕੇ 80 ਸਾਲ ਸੀ ਤੇ ਉਹਨਾਂ ਦੀ ਤੁਸੀਂ ਮਹਿਸੂਸ ਕਰੋਗੇ ਕਿ ਇਮਿਊਨਿਟੀ ਵੱਧ ਗਈ ਸੀ ਇਹ ਫਰਕ ਪੈਂਦਾ ਕਿ ਜਦੋਂ ਅਸੀਂ ਕੋਈ ਸੋਸ਼ਲ ਸਰਵਿਸ ਕਰਦੇ ਹਾਂ ਪਲੱਸ ਆਪਣੇ ਰੱਬ ਨੂੰ ਯਾਦ ਕਰਦੇ ਹਾਂ ਮੈਡੀਟੇਸ਼ਨ ਕਰਦੇ ਹਾਂ ਜੀ ਰੱਬ ਦੇ ਨੇੜੇ ਹੋਣੀ ਜ਼ਾਦੇ ਹਾਂਜੀ ਕੁਦਰਤ ਦੇ ਨੇੜੇ ਰਹੋ ਜੀ ਕੁਦਰਤ ਦੇ ਨੇੜੇ ਰਹੋਗੇ ਤੇ ਬਿਮਾਰੀਆਂ ਤੋਂ ਬਚੇ ਰਹੋਗੇ ਹਾਂਜੀ ਜੀ ਡਾਕਟਰ ਸਾਹਿਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਇਸਨ ਸਾਡੇ ਸਾਡੇ ਡਾਕਟਰ ਜੀ ਕਮਲਜੀਤ ਸਿੰਘ ਜੀ ਬਹੁਤ ਹੀ ਲੱਗੇ ਉਹਨੂੰ ਮਿਲ ਕੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਕਿ ਹੋ ਸਕਦਾ ਕਿਸੇ ਦਾ ਹੋਰ ਦਾ ਵੀ ਪਲਾ